हेलो हां जी हां जी जय साहब। हां जी हां जी ਤੁਸੀਂ ਆ ਮਜੀਠੀਆ ਸਾਹਿਬ ਦੀ ਗੱਲ ਸੁਣੀ? ਇਹ ਕਹਿੰਦੇ ਸੀ ਆ ਪਿੱਛੇ ਜੇ ਅਖਬਾਰ ਚ ਮੈਂ ਪੜਿਆ, ਕਹਿੰਦੇ ਵੀ ਕਿਸਾਨਾਂ ਦਾ ਜਿਹੜਾ ਇਹ ਸੰਘਰਸ਼ ਹੈ ਇਹਨੂੰ ਫੇਲ ਕਰਨ ਵਾਸਤੇ ਬਹੁਤ ਜ਼ੋਰ ਲਾਇਆ ਪਿਆ ਮੋਦੀ ਤੇ ਕੈਪਟਨ ਨੇ, ਵੀ ਇਹ ਫੇਲ ਕਰਨਾ ਚਾਹੁੰਦੇ ਆ। ਹਾਂ ਜੀ ਹਾਂ ਜੀ। ਹੁਣ ਜੇ ਸਾਹਿਬ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਫੇਰ ਤੁਸੀਂ ਕਹਿਣਾ ਸੱਚਾਈ ਜ਼ਿਆਦਾ ਬੋਲਦਾ। ਬਈ ਇਹ ਕਿਸਾਨਾਂ ਦਾ ਮਸਲਾ ਤਾਂ ਯਾਰ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਹੈ, ਤੇ ਮਜੀਠੀਆ ਸਾਹਿਬ ਦੇ ਲੋਕ ਕੈਪਟਨ ਸਾਹਿਬ ਦਾ ਤਖਤ ਹਿਲਾਉਣ ਨੂੰ ਫਿਰਦੇ ਆ ਜੀ। ਚਲੋ ਖੈਰ, ਆ ਤੁਸੀਂ ਐ ਕਰੋ, ਆ ਗੱਡਾ ਖੇੜੀ ਵਾਲੀ ਫੀਡ ਛੱਡੋ ਜੀ। ਹਾਂਜੀ ਹਾਂਜੀ ਚੰਗਾ ਜੀ। ਲੈ ਦੱਸ ਯਾਰ, ਸਾਡੇ ਪੰਜਾਬ ਦੇ ਵਿੱਚ ਇਹਨਾਂ ਵਿਚਾਰੇ ਕਿਸਾਨਾਂ ਦਾ ਸੰਘਰਸ਼ ਹੁਣ ਕਿਹੜੇ ਪਾਸੇ ਨੂੰ ਜਾਈ ਜਾਂਦਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ। ਹੈਲੋ, ਲਾਈਨਮੈਨ ਸੁਖਚੈਨ ਬੋਲਦਾ ਜੀ, ਬਿਜਲੀ ਬੋਰਡ ਤੋਂ। ਦੱਸੋ ਜੀ ਕੀ ਸੇਵਾ ਕਰੀਏ? ਹੈ ਜੀ, ਸੁਖਬੀਰ ਬਾਦਲ ਨੇ ਕੀ ਬਿਆਨ ਦੇਤਾ ਹੁਣ? ਕੀ ਕਹਿੰਦਾ ਸੁਖਬੀਰ ਬਾਦਲ? ਅੱਛਾ ਅੱਛਾ, ਬੀਜੇਪੀ ਵਾਲੇ ਕੀ ਕਰਦੇ ਆ? ਹਿੰਦੂ ਤੇ ਮੁਸਲਮਾਨਾਂ ਨੂੰ ਆਪਸ ਚ ਲੜਾ ਕੇ ਤੇ ਪਿੰਡਾਂ ਦੇ ਸ਼ਹਿਰ ਵਾਲਿਆਂ ਨੂੰ ਆਪਸ ਚ ਲੜਾ ਕੇ ਕੀ ਕਰਦੇ ਆ? ਵੋਟ ਬੈਂਕ ਪੱਕਾ ਕਰਦੇ ਆ ਆਪਣਾ। ਅੱਛਾ ਫਿਰ ਇਹਦੇ ਚ ਮੈਂ ਕੀ ਕਰਾਂ ਯਾਰ? ਤੂੰ ਮੈਥੋਂ ਕੀ ਸਲਾਹ ਮੰਗਦਾ ਯਾਰ? ਉਹ ਮੇਰੀ ਗੱਲ ਸੁਣ ਪੁੱਤ, ਟਾਈਮ ਟਾਈਮ ਦੀ ਗੱਲ ਹੁੰਦੀ ਆ, ਅੱਜ ਉਹ ਟਾਈਮ ਨਹੀਂ ਆ ਜਿਹੜਾ ਪਹਿਲਾਂ ਹੋਇਆ ਕਰਦਾ ਸੀ। ਹਾਂ, ਤੇ ਨਾਲੇ ਤੁਸੀਂ ਤਾਂ ਭਾਈ ਰੱਬ ਦਾ ਲੱਖ ਲੱਖ ਸ਼ੁਕਰ ਕਰੋ ਵੀ ਜੇ ਤੁਹਾਡੇ ਇੱਥੇ ਸਾਰਿਆਂ ਨੂੰ ਤੁਹਾਨੂੰ ਪਤਾ ਲੱਗ ਗਿਆ ਵੀ ਬੀਜੇਪੀ ਵਾਲੇ ਹਿੰਦੂ ਮੁਸਲਮਾਨਾਂ ਨੂੰ ਤੇ ਪਿੰਡਾਂ ਦੇ ਸ਼ਹਿਰ ਵਾਲਿਆਂ ਨੂੰ ਆਪਸ ਚ ਲੜਾ ਕੇ ਆਪਣੀ ਵੋਟਾਂ ਪੱਕੀਆਂ ਕਰਦੇ ਆ। ਨਹੀਂ ਪਹਿਲਾਂ ਤਾਂ ਦੇਖ ਲਓ ਬਾਪੂ ਬਾਦਲ ਬੀਜੇਪੀ ਦੇ ਹਰੇਕ ਮਸਲੇ ਦੇ ਉੱਪਰ ਮਿੰਟ ਤੋਂ ਪਹਿਲਾਂ ਕਲੀਨ ਚਿੱਟ ਦੇ ਦਿਆ ਕਰਦੇ ਸੀ ਕਾਕਾ ਜੀ। ਹਾਂ